ਅੰਮ੍ਰਿਤਸਰ ਤੋਂ ਬੀਜੇਪੀ ਦੇ ਕੈਂਡੀਡੇਟ ਤਰਨਜੀਤ ਸਿੰਘ ਸੰਧੂ ਅੱਜ ਬਾਰ ਕੌਂਸਲ ਅੰਮ੍ਰਿਤਸਰ ਵਿੱਚ ਆਉਣ ਵਾਲੇ ਨੇ ਔਰ ਵਕੀਲਾਂ ਦੀਆਂ ਸਮੱਸਿਆ ਨੂੰ ਜਾਣਨ ਵਾਲੇ ਨੇ। ਥੋੜ੍ਹੀ ਦੇਰ 'ਚ ਹੀ ਤਰਨਜੀਤ ਸਿੰਘ ਸੰਧੂ ਬਾਰ ਕੌਂਸਲ ਦੇ ਵਿੱਚ ਆਉਣਗੇ ਔਰ ਇਸ ਜਗ੍ਹਾ ਦੇ ਉੱਤੇ ਹੀ ਵਕੀਲਾਂ ਦੀਆਂ ਸਮੱਸਿਆ ਜਾਣਨਗੇ, ਉਹਨਾਂ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨਗੇ, ਉਹਨਾਂ ਨੂੰ ਇਹ ਵੀ ਦੱਸਣਗੇ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਤੋਂ ਜਾਣੂ ਕਰਵਾਉਣਗੇ ਔਰ ਅੰਮ੍ਰਿਤਸਰ ਬਾਰ ਕੌਂਸਲ ਲਈ ਵੱਧ ਤੋਂ ਵੱਧ ਉਹ ਕਰਨਗੇ। ਦੇਖੋ, ਤੁਸੀਂ ਆਪ ਹੀ ਸੁਣਿਆ ਹੈ ਜਿਹੜੇ ਸਾਡੇ ਲੋਇਰਸ ਨੇ, ਇਹ ਸਾਡੀ ਸੁਸਾਇਟੀ ਦੀ ਕਰੀਮ ਹੈ। ਸਭ ਪੜ੍ਹੇ ਲਿਖੇ ਨੇ, ਲੇਕਿਨ ਇਹਨਾਂ ਨਾਲ ਆਪਣੇ ਸ਼ਹਿਰਾਂ ਵਾਲੇ, ਪਿੰਡਾਂ ਵਾਲੇ ਸਾਰੇ ਜੁੜੇ ਨੇ, ਸਭ ਆਉਂਦੇ ਨੇ। ਅਤੇ ਮੈਂ ਇਹਨਾਂ ਨਾਲ ਬੜੀ ਆਪਣੀ ਸਿੰਪਲ ਜੀ ਵਿਜ਼ਨ ਸ਼ੇਅਰ ਕੀਤੀ ਹੈ, ਕਿਉਂਕਿ ਇਹਨਾਂ ਦੀ ਵੀ ਰਿਸਪੋਂਸੀਬਿਲਟੀ ਹੈ ਕਿ ਅੰਮ੍ਰਿਤਸਰ ਦੀ ਡਿਵੈਲਪਮੈਂਟ ਹੋਵੇ ਔਰ ਸਾਡੀ ਇੰਡਸਟਰੀ, ਸਾਡੀ ਐਗਰੀਕਲਚਰ, ਸਾਡੀ ਟੂਰਿਜ਼ਮ ਵਧੇ ਅਤੇ ਸ਼ਹਿਰ ਦਾ ਭਲਾ ਹੋਵੇ। ਅਤੇ ਉਹ ਜਿਹੜੀਆਂ ਮੇਰੀ ਵਿਜ਼ਨ ਸੀਗੀ ਉਹ ਮੈਂ ਸ਼ੇਅਰ ਕੀਤੀ ਆ, ਇਹਨਾਂ ਕੋਲੋਂ ਵੀ ਸੁਣਿਆ ਆ, ਅਤੇ ਮੈਨੂੰ ਤਾਂ ਬਹੁਤ ਪੋਜ਼ਿਟਿਵ ਰਿਸਪੋਂਸ ਲੱਗਾ ਹੈ। ਅੰਮ੍ਰਿਤਸਰ ਦੀ ਖਾਸ ਕਮੀ ਕਹਿ ਲਓ ਤੁਸੀਂ ਹੈਗੀ ਕਿ ਹਰ ਘਰ ਦੇ ਵਿੱਚੋਂ ਕੋਈ ਨਾ ਕੋਈ ਵਿਦੇਸ਼ ਜਾਣ ਲਈ ਤਿਆਰ ਜਾਂ ਚਲਾ ਗਿਆ ਵਾ, ਕਿਉਂਕਿ ਇੱਥੇ ਯੂਥ ਤਾਂ ਰਿਹਾ ਹੀ ਨਹੀਂ ਹੈ, ਕਿਆ ਉਹਦੇ ਲਈ ਵੀ ਕੁਛ ਸੋਚ ਰਿਹਾ? ਦੇਖੋ, ਇਹ ਬੜੀ ਡਿਸਟਰਬਿੰਗ ਟ੍ਰੈਂਡ ਹੈ। ਪਹਿਲੀ ਗੱਲ ਹੈ ਕਿ ਸਾਨੂੰ ਅੰਮ੍ਰਿਤਸਰ ਚ ਹੀ ਐਜੂਕੇਸ਼ਨ ਅਤੇ ਸਕਿਲਿੰਗ ਫੈਸਿਲਿਟੀਜ਼ ਕ੍ਰੀਏਟ ਕਰਨੀਆਂ ਚਾਹੀਦੀਆਂ ਨੇ, ਔਰ ਉਹੋ ਜਿਹੀ ਫੈਸਿਲਿਟੀ ਹੋਵੇ ਜਿਹੜੀ ਡਿਗਰੀ ਓਰੀਐਂਟਡ ਨਹੀਂ ਆ ਲੇਕਿਨ ਸਕਿੱਲ ਓਰੀਐਂਟਡ ਹੋਵੇ। ਸਾਡੇ ਕੋਲ ਸਭ ਕੁਝ ਹੈਗਾ, ਅੰਮ੍ਰਿਤਸਰ ਯੂਨੀਵਰਸਿਟੀਆਂ ਨੇ, ਇੱਥੇ ਕਾਲਜਿਸ ਨੇ ਟੋਪ ਦੇ, ਲੇਕਿਨ ਸਾਨੂੰ ਜ਼ਰੂਰਤ ਹੈ ਕਿ ਜਿਹੜਾ ਅਸੀਂ ਸਿਲੇਬਸ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਉਹ ਅੱਜ ਕੱਲ੍ਹ ਦੇ ਮਾਡਰਨ ਜ਼ਮਾਨੇ ਦੇ ਰੈਲੀਵੈਂਟ ਹੋਵੇ, ਜਿਹਦੇ ਨਾਲ ਉਹਨਾਂ ਨੂੰ ਅੱਗੇ ਨੌਕਰੀਆਂ ਮਿਲਣ। ਦੂਸਰੀ ਗੱਲ ਹੈ ਕਿ ਇੱਥੇ ਨੌਕਰੀਆਂ ਲਿਆਉਣੀਆਂ, ਉਹਦੇ ਵੀ ਕਈ ਮੈਂ ਸਿੰਪਲ, ਉਹਦੇ ਬਾਅਦ ਕੰਪਲੀਕੇਟਿਡ ਪ੍ਰਪੋਜ਼ਲ ਵੀ ਦੇ ਦੇਵਾਂਗੇ। ਪਹਿਲਾਂ ਸਿੰਪਲ ਤਾਂ ਆਪਾਂ ਇੰਪਲੀਮੈਂਟ ਕਰੀਏ, ਅਤੇ ਇਹ ਸਾਰੀਆਂ ਚੀਜ਼ਾਂ ਅਗਰ ਇੱਥੇ ਹੀ ਮਿਲ ਜਾਣ, ਸਾਡੀਆਂ ਯੂਨੀਵਰਸਿਟੀਆਂ 'ਚ ਹੀ ਅੱਛੇ ਕੋਰਸਿਸ ਮਿਲ ਜਾਣ, ਅਤੇ ਸਾਡੀਆਂ ਫੈਮਿਲੀਜ਼ ਨੂੰ 30-35 ਲੱਖ ਵੇਸਟ ਨਹੀਂ ਕਰਨੇ ਪੈਣਗੇ। ਅਤੇ ਜਿਹੜੀ ਟੈਨਸ਼ਨ ਹੁੰਦੀ ਆ ਜਦੋਂ ਬੱਚੇ ਬਾਹਰ ਚੱਲ ਜਾਂਦੇ ਨੇ, ਉੱਥੇ ਧੱਕੇ ਖਾਂਦੇ ਨੇ ਮਾਪਿਆਂ ਨੂੰ, ਉਹ ਵੀ ਨਹੀਂ ਹੋਊਗੀ। ਪ੍ਰਧਾਨ ਜੀ ਨੇ ਕੱਲ੍ਹ ਕਹੀ ਬੜੀ ਬੜੀ ਰੈਲੀਵੈਂਟ ਜੀ ਗੱਲ ਹੈ ਕਿ ਜਦੋਂ ਅਸੀਂ ਚਾਂਸ ਗਵਾਤੇ ਇੰਟਲੈਕਚੁਅਲ ਲੋਕ ਜਿਹਨੇ ਤੁਸੀਂ ਜਿਤਾ ਨਹੀਂ ਸਕੇ, ਹੁਣ ਇੱਕ ਤੀਸਰਾ ਇੰਟਲੈਕਚੁਅਲ ਸਾਡੇ ਕੋਲ ਹੈ, ਤੁਸੀਂ ਕਿਸ ਨੂੰ ਦੇਖਦੇ ਹੋ? ਦੇਖੋ, ਮੈਂ ਅਤੇ ਜਿਹੜੀ ਮੇਰੀ ਪੰਜਾਬੀ ਆ ਉਹ ਮਜਾਇਲ ਹੈ, ਤੁਹਾਨੂੰ ਫਰਕ ਤਾਂ ਨਹੀਂ ਲੱਗਦਾ ਹੋਊਗਾ। ਹੁਣ ਮੈਂ ਤਾਂ ਆਪਣੇ ਆਪ ਨੂੰ ਇੰਟਲੈਕਚੁਅਲ ਨਹੀਂ ਕਹਿੰਦਾ, ਮੈਂ ਤਾਂ ਨੋਰਮਲ ਗੱਲ ਕਰ ਰਿਹਾ ਕਿ ਸਾਡੇ ਫਾਰਮਰਸ ਨੂੰ, ਸਾਡੇ ਇੰਡਸਟਰੀ ਨੂੰ, ਸਾਡੀ ਟੂਰਿਜ਼ਮ ਨੂੰ ਕਿਤਨਾ ਆਪਾਂ ਸਿੰਪਲ ਸਟੈਪਸ ਨਾਲ ਸਾਰੀਆਂ ਦੀਆਂ ਇਨਕਮਾਂ ਵਧਾ ਸਕਦੇ ਹਾਂ। ਅਤੇ ਉਹਦੇ ਬਾਅਦ ਹੋਰ ਵੀ ਸਕੀਮਸ ਹੈਗੀਆਂ ਨੇ। ਦੇਖੋ, ਇਨਵੈਸਟਮੈਂਟਸ ਲਈ ਆਲਰੇਡੀ ਇੱਥੇ ਅਮੈਰੀਕਨ ਚੇਂਬਰ ਆਫ ਕਾਮਰਸ ਦਾ CEO ਆਇਆ, ਉਹ 400 ਕੰਪਨੀਆਂ ਰਿਪ੍ਰੈਜੈਂਟ ਕਰਦਾ ਆ, ਉਹ ਭਾਰਤ 'ਚ ਇਨਵੈਸਟਮੈਂਟਾਂ ਆਲਰੇਡੀ ਲਿਆ ਰਿਹਾ ਆ। ਇਸ ਤਰ੍ਹਾਂ ਹੀ ਫਿੱਕੀ ਆਈ, ਅਤੇ ਪ੍ਰਧਾਨ ਸਾਹਿਬ ਨੇ ਜੋ ਕਿਹਾ ਆ ਉਹ ਬਿਲਕੁਲ ਰੈਲੀਵੈਂਟ ਹੈ ਕਿ ਆਪਾਂ ਨੂੰ ਅੰਮ੍ਰਿਤਸਰ ਦੀ ਡਿਵੈਲਪਮੈਂਟ ਬਾਰੇ ਗੱਲ ਕਰਨਾ ਚਾਹੀਦੀ ਹੈ। ਇੱਥੇ ਬਾਰ ਐਸੋਸੀਏਸ਼ਨ ਦੀ ਪਰੰਪਰਾ ਰਹੀ ਹੈ ਕਿ ਜਦੋਂ ਵੀ ਇਲੈਕਸ਼ਨ ਹੁੰਦੇ ਹਰ ਪਾਰਟੀ ਦਾ ਕੈਂਡੀਡੇਟ ਇੱਥੇ ਆਉਂਦਾ, ਪਰ ਵਧੀਆ ਲੱਗਾ ਅੱਜ ਇੱਕ ਇੰਟਲੈਕਚੁਅਲ
ਇੱਕ ਸੀਜ਼ਨਡ ਬਿਊਰੋਕਰੇਟ ਆਇਆ ਔਰ ਉਹਨਾਂ ਨੇ ਪ੍ਰੈਕਟੀਕਲ ਗੱਲਾਂ ਕੀਤੀਆਂ ਔਰ ਉਹਨਾਂ ਨੇ ਪ੍ਰੈਕਟੀਕਲ ਗੱਲਾਂ ਜਿਹੜੀਆਂ ਰੋਜ਼ਮਰਾ ਬੰਦਿਆਂ ਦੇ ਨਾਲ ਜੁੜੀਆਂ ਕੀਤੀਆਂ ਆਈ ਵਿਸ਼ ਹਿਮ ਅ ਗ੍ਰੇਟ ਸਕਸੈਸ। ਤਰਨਜੀਤ ਸਿੰਘ ਸੰਧੂ ਜੋ ਕਿ ਅੰਮ੍ਰਿਤਸਰ ਤੋਂ ਬੀਜੇਪੀ ਦੇ ਕੈਂਡੀਡੇਟ ਨੇ, ਅੱਜ ਉਹਨਾਂ ਨੇ ਵਕੀਲਾਂ ਨਾਲ ਬੈਠ ਕੇ ਵਿਚਾਰ ਵਿਮਰਸ਼ ਕੀਤਾ ਹੈ ਔਰ ਉਹਨਾਂ ਦੇ ਨਾਲ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਿਆ ਹੈ ਔਰ ਉਹਨਾਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਉਹਨਾਂ ਨੂੰ ਕੋਸ਼ਿਸ਼ ਦੇ ਯਕੀਨੀ ਬਣਾਇਆ ਹੈ ਕਿ ਜੇ ਉਹਨਾਂ ਦੀ ਸੀਟ ਪੱਕੀ ਹੋਏਗੀ, ਸੀਟ ਮਿਲੇਗੀ ਉਹਨਾਂ ਨੂੰ, ਤੇ ਉਹ ਉਹਨਾਂ ਦੇ ਸਾਰੀਆਂ ਮਸਲਿਆਂ ਨੂੰ ਹੱਲ ਕਰਨਗੇ। ਖਾਸ ਕਰਕੇ ਅੰਮ੍ਰਿਤਸਰ ਵਾਸੀਆਂ ਵਾਸਤੇ ਗੱਲ ਹੈ ਕਿ ਅੰਮ੍ਰਿਤਸਰ ਤੋਂ ਬਹੁਤ ਗਿਣਤੀ ਦੇ ਵਿੱਚ ਲੋਕ ਜਿਹੜੇ ਵਿਦੇਸ਼ 'ਚ ਜਾ ਰਹੇ ਨੇ, ਉਹ ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਇੱਥੇ ਹੀ ਸਕਿੱਲ ਇਹੋ ਜਿਹੇ ਡਿਵੈਲਪ ਕਰਾਂਗੇ ਕਿ ਬੱਚੇ ਇੱਥੇ ਹੀ ਨੌਕਰੀ ਕਰ ਸਕਣ ਔਰ ਖੱਜਲ ਖੁਆਰ ਨਾ ਹੋਣ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।